ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਸਰਸਾ ਜ਼ਿਲ੍ਹਾ ਦੇ ਪਿੰਡ ਬੱਪਾਂ ਦੇ ਨੇੜੇ ਰਾਤ ਕੁਛ ਅਣਪਛਾਤੇ ਗੱਡੀ ਸਵਾਰ ਕਈ ਗਾਵਾਂ ਨੂੰ ਚੱਲਦੀ ਗੱਡੀ ਤੋਂ ਸਿੱਟ ਗਏ, ਜਿਸ ਨਾਲ ਕਈ ਗਾਈਆਂ ਫੱਟੜ ਹੋ ਗਈਆਂ। ਫੱਟੜ ਗਾਵਾਂ ਨੂੰ ਬੱਪਾਂ ਦੀ ਕ੍ਰਿਸ਼ਨ ਗੌਸ਼ਾਲਾ ਦੇ ਵਿੱਚ ਇਲਾਜ ਲਈ ਪਹੁੰਚਾਇਆ ਗਿਆ ਅਤੇ ਕਈ ਪਸ਼ੂ ਸੜਕਾਂ 'ਤੇ ਘੁੰਮਦੇ ਨਜ਼ਰ ਆਏ। ਇਹ ਤਸਵੀਰਾਂ ਦੇਖ ਸਕਦੇ ਹੋ ਤੁਸੀਂ, ਬੱਪਾਂ ਦੀ ਗਊਸ਼ਾਲਾ ਦੀ ਹੈ, ਜਿੱਥੇ ਇਹ ਤਸਵੀਰ ਹੈ ਜਿਹੜੀ, ਇਹ ਰਾਤ ਨੂੰ ਚੱਲਦੀ ਗੱਡੀ ਤੋਂ ਵਿੱਚ ਗਊਆਂ ਨੂੰ ਸਿੱਟ ਕੇ ਮੌਕੇ ਤੋਂ ਪਿਕਅਪ ਸਵਾਰ ਫਰਾਰ ਹੋ ਗਏ। ਤੁਸੀਂ ਦੇਖ ਸਕਦੇ ਹੋ ਕਿ ਕਈ ਪਸ਼ੂ ਹੈ ਜਿਹੜੇ ਫੱਟੜ ਹੋ ਗਏ ਹੈ। ਆਹ ਤਸਵੀਰਾਂ ਦੇਖ ਸਕਦੇ ਹੋ, ਇਹ ਵੀ ਰਾਤ ਗੱਡੀ 'ਚੋਂ ਉਤਾਰੇ ਗਏ ਸੀ। ਕਈ ਬੱਚੇ ਬੱਚੀਆਂ ਗਊਆਂ ਸੀ, ਉਹਨਾਂ ਨੂੰ ਚੱਲਦੀ ਗੱਡੀ ਤੋਂ ਸੜਕ ਤੋਂ ਸਿੱਟ ਦਿੱਤਾ ਗਿਆ, ਜਿਸ ਨਾਲ ਫੱਟੜ ਹੋ ਗਏ ਹੈ। ਦੱਸਿਆ ਜਾ ਰਿਹਾ ਕਿ ਕੁਛ ਲੋਕਾਂ ਨੂੰ ਇਸ ਬਾਰੇ ਪਤਾ ਵੀ ਲੱਗ ਗਿਆ ਸੀ ਤਾਂ ਉਹ ਮੌਕੇ ਤੋਂ ਫਰਾਰ ਹੋ ਗਏ, ਪਰ ਇੱਕ ਮੋਬਾਈਲ ਮੌਕੇ ਤੋਂ ਮਿਲਿਆ। ਦੱਸਿਆ ਜਾ ਰਿਹਾ ਹੈ ਕਿ ਮੋਬਾਈਲ ਨੂੰ ਲੈ ਕੇ ਪੰਚਾਇਤ ਇਕੱਠੀ ਕੀਤੀ ਜਾਵੇਗੀ। ਜਿਹੜੇ ਦੋਸ਼ੀ ਹੈ ਇਹਨਾਂ ਪਿੰਡਾਂ ਦੇ ਵਿੱਚ ਗਊਆਂ ਨੂੰ ਇਸ ਤਰ੍ਹਾਂ ਬੇਦਰਦੀ ਨਾਲ ਸਿੱਟ ਕੇ ਚਲੇ ਜਾਂਦੇ, ਫੱਟੜ ਕਰਕੇ ਚਲੇ ਜਾਂਦੇ, ਉਹਨਾਂ ਦੇ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਕੁਛ ਲੋਕਾਂ ਨੇ ਦੱਸਿਆ ਕਿ ਕੁਛ ਦਿਨ ਪਹਿਲਾਂ ਕੁਛ ਰਖਵਾਲੇ ਵੀ ਇੱਥੇ ਪਿੰਡ ਦੇ ਵਿੱਚ ਆਏ ਸੀ ਕਿ ਉਹ ਕਹਿੰਦੇ ਸੀ ਕਿ ਗਊਆਂ ਤੋਂ ਰਖਵਾਲੀ ਕਰਨ ਲਈ ਕਿਸਾਨਾਂ ਤੋਂ ਕੁਛ ਪੈਸੇ ਆ ਜਿਹੜੇ ਉਹ ਰਖਵਾਲੀ ਦੇ ਮੰਗੇ ਜਾਂਦੇ ਆ, ਪਰ ਮਨ੍ਹਾ ਕਰਨ ਦਿੱਤੇ ਜਾਣ ਤੋਂ ਬਾਅਦ ਉਹਨਾਂ ਪਿੰਡਾਂ ਦੇ ਵਿੱਚ ਦੂਜੇ ਪਿੰਡਾਂ ਤੋਂ ਲਿਆ ਕੇ ਗਊਆਂ ਉਸ ਪਿੰਡ ਦੇ ਵਿੱਚ ਛੱਡ ਦਿੱਤੀਆਂ ਜਾਂਦੀਆਂ ਤਾਂ ਕਿ ਉਹ ਪਿੰਡਾਂ ਦੇ ਲੋਕ ਵੀ ਉਹਨਾਂ ਨੂੰ ਰਖਵਾਲੀ ਲਈ ਰੱਖ ਲੈਣ। ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਇਸ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੇਕਰ ਗਊਆਂ ਨੂੰ ਇੱਥੇ ਛੱਡ ਕੇ ਜਾਣਾ ਵੀ ਚਾਹੁੰਦੇ ਸੀ ਤਾਂ ਇੱਕ ਸਾਈਡ 'ਤੇ ਕਿਤੇ ਛੱਡ ਸਕਦੇ ਸੀ, ਪਰ ਚੱਲਦੀ ਗੱਡੀ 'ਚੋਂ ਉਤਾਰ ਕੇ ਬੁਰੀ ਤਰ੍ਹਾਂ ਗਊਆਂ ਨੂੰ ਫੱਟੜ ਕਰ ਦਿੱਤਾ ਗਿਆ। ਕਿੰਨੇ ਕੁ ਵਜੇ ਦੀ ਗੱਲਬਾਤ ਹੈਗੀ? ਇਹ 12:20 ਦੀ ਗੱਲ ਹੈ। ਅੱਛਾ, ਕੀ ਦੇਖਿਆ ਤੁਸੀਂ? ਇਹ ਗਾਈਆਂ ਲਾਉਂਦੇ ਫਿਰਦੇ ਸੀ, ਉਹਨਾਂ ਦਾ ਮੋਬਾਈਲ ਡਿੱਗ ਪਿਆ ਇੱਥੇ, ਫੋਨ ਕਿੱਥੋਂ ਕੋ ਮਿਲਿਆ? ਅੱਛਾ, ਕਹਿ ਜਾਣੇ ਸੀ, ਲੱਗੇ ਪਤਾ ਕੋਈ? ਕਹਿ ਜਾਣੇ ਤਿੰਨ ਜਾਣੇ ਹੋਣਗੇ। ਅੱਛਾ, ਗਾਈਆਂ ਦਾ ਬਹੁਤ ਮੰਦਾ ਹਾਲ ਆ। ਕਿੰਨੀਆਂ ਗਾਈਆਂ ਸੀ? ਸੀਗੀਆਂ 10-12 ਗਾਈਆਂ, ਪਿਕਅਪ ਦੇ ਵਿੱਚ ਛੋਟੇ ਛੋਟੇ ਬੱਚੇ ਸੀਗੇ। ਅੱਛਾ, ਜਿਹੜੇ ਲਾਉਂਦੇ ਸੀ ਗੋਡੇ ਪਰਨੇ ਡਿੱਗਦੇ ਸੀ, ਕੋਈ ਤਾਂ ਦੋ ਤਾਂ ਡਿੱਗੇ ਪੈ ਰਹੇ, ਉਹਨਾਂ ਨੂੰ ਹਜੇ ਖੜਾ ਕੀਤਾ। ਅੱਛਾ, ਠੀਕ ਹੈ ਜੀ, ਦਬਕਾ ਮਾਰਿਆ ਜੀ ਮੈਂ ਰਾਤ ਨੂੰ, ਮੋਬਾਈਲ ਡਿੱਗਿਆ ਉਹਨਾਂ ਦਾ, ਮੋਬਾਈਲ ਚੱਕ ਲਿਆ, ਬਾਅਦ ਚੋਂ ਲੱਭਣ ਵੀ ਆਏ ਦੋ ਵਾਰੀ ਮੋਟਰਸਾਈਕਲ ਤੇ, ਪਰ ਅਸੀਂ ਮੋਬਾਈਲ ਪਾਦੀ ਘੌਂਟਣਾ ਸੀਗਾ ਰਾਤ ਨੂੰ ਹੁਣ, ਪਰ ਪਸ਼ੂ ਬਹੁਤ ਮੰਦਾ ਹਾਲ ਹੋ ਰਿਹਾ ਜੀ। ਆਏ ਕਿੱਧਰੋਂ ਸੀ? ਕਿਹੜੇ? ਆਏ ਫੱਗੂ ਤੋਂ ਜੀ। ਅੱਛਾ, ਪਤਾ ਲੱਗਿਆ? ਹਾਂ, ਫੱਗੂ ਦੇ, ਫੱਗੂ ਦਾ ਮੋਬਾਈਲ ਹੈਗਾ ਜੋ ਮੈਂ ਫੋਟੋਆਂ ਪਾਈਆਂ ਉਹਨਾਂ ਦੀਆਂ। ਅੱਛਾ, ਉਹ ਬੰਦਾ ਫੱਗੂ ਦਾ? ਹਾਂ, ਫੱਗੂ ਦਾ, ਰਾਖੀ ਭਾਲਦਾ ਜੀ। ਪਹਿਲਾਂ 3 ਦਿਨ ਪਹਿਲਾਂ ਪੈਸੇ ਲੈਣ ਵੀ ਆਏ ਜੀ। ਅੱਛਾ, ਇੱਥੇ ਆਏ ਸੀਗੇ? ਆਏ ਸੀਗੇ। ਅੱਛਾ, ਫਿਰ ਪਿੰਡ ਵਾਲਿਆਂ ਨੇ ਕੋਈ ਕਾਰਵਾਈ ਵਾਸਤੇ ਕੋਈ ਕੋਈ ਗੱਲ? ਜਿਮੀਦਾਰ ਦੱਸਦੇ ਸੀ ਵੀ ਕਹਿੰਦੇ ਰਾਖੀ ਦਾ ਸਾਡੇ ਕੋਲ ਆਏ ਸੀਗੇ, ਇਹ ਮੇਰਾ ਪੜੋਸੀ ਆ ਜੀ ਲਾਭਾ, ਇਹ ਰਾਤ ਉੱਠਿਆ ਜਦੋਂ ਕਿਤੇ ਤੇ ਰੌਲਾ ਪਿਆ ਤੇ ਸਾਡੇ ਜਵਾਕ ਵੀ ਉੱਠ ਖੜੇ, ਲਗਾਈਆਂ ਡਿੱਗੀਆਂ ਪਈਆਂ ਤੇ ਜਦੋਂ ਮਗਰ ਭੱਜੇ ਇਹ, ਉਹਨਾਂ ਦਾ ਮੋਬਾਈਲ ਡਿੱਗ ਪਿਆ, ਉਹਨੇ ਗੱਡੀਆਂ ਭਜਾ ਕੇ ਤੇ ਲੈ ਗਏ। ਜਿਮੀਦਾਰਾਂ ਨੂੰ ਵੀ ਪਿੰਡ ਆਖਿਆ ਸੀਗਾ ਵੀ ਜਿਮੀਦਾਰਾਂ ਨੂੰ
ਭਾਈ ਸਾਰੇ ਇਕੱਠ ਇਕੱਠ ਕਰੋ ਇੱਕ ਵਾਰੀ, ਹੁਣ ਕਹਿੰਦੇ ਆ ਵੀ ਕਹਿੰਦੇ ਸ਼ਾਮ ਨੂੰ ਪੰਜ ਵਜੇ, ਪੰਜ ਵਜੇ ਦਾ ਇਕੱਠ, ਹਾਂ ਸ਼ਾਮ ਵਜੇ ਦਾ, ਪੰਜ ਵਜੇ ਦਾ।